पठानकोट के गांव भद्राली में पिछले एक साल से चल रहा अवैध खनन, स्थानीय लोगों द्वारा शिकायत के बावजूद प्रशासन द्वारा नहीं लगाई जा रही लगाम। गांव भद्राली जिला पठानकोट में चल रही माइनिंग को लेकर वहां के लोगों द्वारा बताया गया कि पिछले एक साल से यहां पर इलीगल माइनिंग की जा रही है और उनका कहना है कि ये माइनिंग मनकीरत सिंह पुत्र महेंद्र सिंह जो कि नया गुगरा सुजानपुर के रहने वाले हैं उनके द्वारा करवाई जा रही है। लोगों का कहना है कि उन्होंने पहले भी पंचायत की तरफ से डीसी ऑफिस में इसके बारे में कंप्लेंट दर्ज करवाई थी और अभी हाई कोर्ट में भी इसके बारे में बताया गया है, पर प्रशासन का कोई भी व्यक्ति यहां सही ढंग से तहकीकात करने के लिए नहीं आया। जब मौके पर मीडिया की टीम वहां पहुंची तो कर्मचारियों से पूछताछ करने लगी, लेकिन वो सब कामकाज छोड़कर वहां से भाग गए। ਬਿਆਨ ਵੀ ਕੀਤੇ ਆ ਸਰ ਸਾਡੀ ਜਿਹੜੀ ਜ਼ਮੀਨ ਹੈ ਉੱਥੇ ਕੋਈ ਮਾਈਨਿੰਗ ਕੁਛ ਨਹੀਂ ਸਾਡਾ ਸਗੋਂ ਉਲਟਾ ਨੁਕਸਾਨ ਹੋ ਰਿਹਾ ਦੇਖੋ ਤੁਸੀਂ ਇਹ ਸਾਰਾ ਜਿੰਨਾ ਵੀ ਹੋ ਰਿਹਾ ਨੁਕਸਾਨ ਦਾ ਪਾਣੀ ਦੇ ਸਗੋਂ ਵਰਤੋਂ ਜਿਹੜੀ ਥੱਲੇ ਚੱਲ ਗਈ ਸਾਰੀ ਕੁਛ ਅਸੀਂ ਇਹੀ ਚਾਹੁੰਦੇ ਹਾਂ ਇਹਦਾ ਜਿਹੜਾ ਕੋਈ ਮਸਲਾ ਜਿਹੜਾ ਹੱਲ ਕੀਤਾ ਜਾਵੇ ਇਹਦੇ ਬਾਰੇ ਕਿਤੇ ਆ ਕੰਪਲੇਨ ਇਹ ਪੰਚਾਇਤ ਨੇ ਜੋ ਕੀਤਾ ਜੋ ਵੀ ਨੰਬਰ ਦਿੱਤੇ ਸਭ ਕੁਛ ਦਿੱਤਾ ਕਿੰਨੂੰ ਸਰਪੰਚ ਸਾਹਿਬ ਜੋ ਬਿਆਨ ਦਿੱਤੇ ਆ ਉਹਦੇ ਹਿਸਾਬ ਨਾਲ ਸਾਰੀ ਕੀਤੀ ਕੰਪਲੇਨ ਹੁਣ ਤੁਸੀਂ ਕੀ ਚਾਹੁੰਦੇ ਹੋ ਠੀਕ ਤੇ ਕੀ ਗੱਲਬਾਤ ਆ ਸਾਰੀ ਪਿੰਡ ਮੇਰੇ ਦਾ ਰਹਿਣ ਵਾਲਾ ਪਧਰਾਲੀ ਮੇਰੇ ਦਾ ਤੇ ਮੈਨਿੰਗ ਹੋ ਰਹੀ ਹੈ ਤੇ ਜਿਹੜੀ ਸਾਡੀ ਜ਼ਮੀਨ ਦੇ ਨਾਲ ਲੱਗਦੀ ਇਹ ਉਹਦੇ ਵਿੱਚ ਹੋ ਰਹੀ ਹੈ ਵੀ ਸਾਡੀ ਜ਼ਮੀਨ ਆ ਜਿਹੜੀ ਸੁੱਕ ਗਈ ਹੈ ਫਸਲਾਂ ਸੁੱਕ ਗਈਆਂ ਮਾਈਨਿੰਗ ਦੀ ਵਜ੍ਹਾ ਕਰਕੇ ਅਤੇ ਇਹ ਮਾਈਨਿੰਗ ਬੰਦ ਹੋਣੀ ਚਾਹੀਦੀ ਹੈ ਅਸੀਂ ਮਾਈਨਿੰਗ ਬਾਰੇ ਕੰਪਲੇਨ ਵੀ ਕੀਤੀ ਹੈ ਡੀਸੀ ਸਾਹਿਬ ਕੋਲ ਕੀਤੀ ਹੈ ਉਹ ਜਿਹੜਾ ਮਾਈਨਿੰਗ ਅਫਸਰ ਹੈ ਗੁਰਦਾਸਪੁਰ ਉਹਦੇ ਕੋਲ ਵੀ ਕੀਤੀ ਹੈ ਫਿਰ ਕੋਈ ਸੁਣਵਾਈ ਨਹੀਂ ਹੋਈ ਕਿੰਨੀ ਦੇਰ ਮਾਈਨਿੰਗ ਕਾਫੀ ਦੇਰ ਤੋਂ ਚੱਲ ਰਹੀ ਹੈ ਮੌਕੇ ਦਾ ਕੋਈ ਨਹੀਂ ਆਇਆ ਸਾਨੂੰ ਮੰਗ ਇਹ ਹੈ ਵੀ ਇੱਕ ਤਾਂ ਮਾਈਨਿੰਗ ਬੰਦ ਹੋਣੀ ਚਾਹੀਦੀ ਹੈ ਨੁਕਸਾਨ ਹੋ ਰਿਹਾ ਮਾਈਨਿੰਗ ਕਰਕੇ ਸਾਡੀ ਫਸਲਾਂ ਸੁੱਕ ਗਈਆਂ ਨੇ ਪਾਣੀ ਦੀ ਸੇਮ ਸੁੱਕ ਗਈ ਹੈ ਸਾਡੇ ਤਾਂ ਚਿੱਠੀਆਂ ਕੱਢਦੇ ਨੇ ਵੀ ਮਾਈਨਿੰਗ ਇਹ ਕਰਾ ਰਹੇ ਨੇ ਛੋਟੇ ਛੋਟੇ ਅਸੀਂ ਜਿਹੜੇ ਜ਼ਿਮੀਂਦਾਰ ਹਾਂ ਘੁਮਾਉਣ ਦੇ ਦੋ ਘੁਮਾਉਣ ਦੇ ਦਸ ਨਾਲਾਂ ਦੇ ਅਸੀਂ ਉਹ ਜ਼ਿਮੀਂਦਾਰ ਹਾਂ ਅਤੇ ਸਾਡੇ ਤਾਂ ਚਿੱਠੀਆਂ ਕੱਢਦੇ ਪਏ ਨੇ ਵੀ ਮਾਈਨਿੰਗ ਅਸੀਂ ਕਰਾ ਰਹੇ ਹਾਂ ਜਦੋਂ ਕਿ ਮਾਈਨਿੰਗ ਮੋਟੇ ਮਾਲ ਕਰਾ ਰਹੇ ਨੇ ਅਤੇ ਸਾਹਮਣੇ ਮਸ਼ੀਨ ਮੇਰੀ ਲੱਗੀ ਦੀ ਆ ਮੌਕੇ ਦੀ Hmm.